ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਆਪਣੀ ਜਿਹੜੀ ਜ਼ਮੀਨ ਦੀ ਪੁਟਾਈ ਹੈ, ਤਾਂ ਇਸ ਕਰਕੇ ਜ਼ਮੀਨ ਦੀ ਪੁਟਾਈ ਦਾ ਜਿਹੜਾ ਹੈ ਉਹ ਮੱਦ ਰੱਖਿਆ ਹੁੰਦਾ। ਜਿੱਥੇ ਵੀ ਤੁਹਾਡੇ ਫਾਰਮਰਸ ਦਾ ਪੁਟਾਈ ਦੇ ਵਿੱਚ ਖਰਚਾ ਹੁੰਦਾ ਤਾਂ ਉਹਨੂੰ ਵੀ ਸਰਕਾਰੀ ਸਬਸਿਡੀ ਦੇ ਅਧੀਨ ਜਿਹੜਾ ਉਹ ਕਵਰ ਕੀਤਾ ਜਾਂਦਾ। ਮਤਲਬ ਪਹਿਲੇ ਸਾਲ ਤੁਹਾਨੂੰ ਪੁਟਾਈ ਤੋਂ ਲੈ ਕੇ ਖਾਦ ਖੁਰਾਕ ਜਿਹੜੀ ਹੈ ਉਹਦੇ ਵਿੱਚ ਸਾਰੇ ਜਿਹੜੇ ਹੈ ਮੱਦਾਂ ਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਜਿਹੜੀ ਹੈ ਪੌਂਡ ਦੀ ਪੁਟਾਈ ਦੇ ਉੱਪਰ ਸਬਸਿਡੀ ਹੁੰਦੀ ਹੈ। ਸੈਕਿੰਡਲੀ ਤੁਸੀਂ ਜੇਕਰ ਉਹਦੇ ਉੱਪਰ ਟਿਊਬਵੈਲ ਬੋਰ ਦਾ ਕਨੈਕਸ਼ਨ ਜਿਹੜਾ ਹੈ ਉਹ ਲੈਣਾ ਤਾਂ ਬੋਰ ਵਗੈਰਾ ਕਰਵਾਉਣਾ ਤਾਂ ਉਹਦੇ ਲਈ ਵੀ ਜਿਹੜਾ ਹੈ ਸਬਸਿਡੀ ਹੁੰਦੀ ਹੈ। ਤੁਹਾਡਾ ਬੋਰ ਦੇ ਸਮਾਨ ਤੇ ਜਿੰਨਾ ਖਰਚਾ ਆਉਂਦਾ ਜਾਂ ਉਹਦੇ ਜਿਹੜੀ ਵੀ ਲੇਬਰ ਹੁੰਦੀ ਹੈ ਉਹ ਸਾਰੇ ਤੇ ਜਿਹੜੀ ਹੈ ਉਹ ਸਬਸਿਡੀ ਹੁੰਦੀ ਹੈ। ਥਰਡ ਜਿਹੜਾ ਹੈ ਤੁਹਾਡੇ ਜਿਹੜੇ ਵੀ ਆਕਸੀਜਨ ਵਧਾਉਣ ਦੇ ਲਈ, ਠੀਕ ਹੈ, ਪੌਂਡ ਦੇ ਵਿੱਚ ਜਿਹੜਾ ਹੈ ਪਾਣੀ ਦੇ ਵਿੱਚ ਆਕਸੀਜਨ ਦਾ ਲੈਵਲ ਵਧਾਉਣ ਦੇ ਲਈ ਏਰੀਏਟਰ ਲੱਗਦੇ ਨੇ, ਇੱਥੇ ਵੀ ਆਪਣੇ ਲੱਗੇ ਹੋਣਗੇ, ਤਾਂ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਪੱਖੇ ਹੁੰਦੇ ਆ, ਪੱਖੇ ਜਦੋਂ ਘੁੰਮਦੇ ਆ ਤਾਂ ਕੀ ਆਕਸੀਜਨ ਦਾ ਪ੍ਰਵਾਹ ਜਿਹੜਾ ਹੈ ਹੁੰਦਾ ਪੌਂਡ ਦੇ ਵਿੱਚ, ਤਾਂ ਉਹ ਜਿਹੜੇ ਹੈ ਏਰੀਏਟਰਸ ਨੂੰ ਖਰੀਦਣ ਦੇ ਉੱਪਰ ਵੀ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ। ਨੈਕਸਟ ਤੁਸੀਂ ਜੇਕਰ ਪੌਂਡ ਦੇ ਉੱਪਰ ਫੀਡ ਪਾਣੀ ਹੈ, ਫੀਡ ਰੱਖਣ ਦੇ ਲਈ ਤੁਹਾਨੂੰ ਇੱਕ ਕਮਰੇ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਸੀਂ ਇੱਕ ਛੋਟਾ ਜਿਹਾ ਜਿਹੜਾ ਰੂਮ ਹੈ 10x10 ਦਾ ਫੀਡ ਰੱਖਣ ਦੇ ਲਈ ਕਮਰਾ ਬਣਾਉਂਦੇ ਹੋ ਤਾਂ ਇਹਦੇ ਉੱਪਰ ਵੀ ਜਿਹੜੀ ਹੈ ਉਹ ਸਬਸਿਡੀ ਹੈ। ਤਾਂ ਇੱਦਾਂ ਕਰਕੇ ਸੀਡ ਦੇ ਉੱਪਰ ਜਿਹੜਾ ਵੀ ਤੁਸੀਂ ਪੂੰਗ ਲੈਂਦੇ ਹੋ ਉਹਦੇ ਉੱਪਰ, ਫੀਡ ਦੇ ਉੱਪਰ ਜਿਹੜੀ ਤੁਸੀਂ ਖਾਦ ਖੁਰਾਕ ਜਿਹੜੀ ਵੀ ਵਰਤੋਗੇ, ਦਵਾਈਆਂ ਲਓਗੇ, ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲੇ ਸਾਲ ਦੇ ਵਿੱਚ ਸਬਸਿਡੀ ਦੇ ਵਿੱਚ ਕਵਰ ਕੀਤਾ ਜਾਂਦਾ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੀ ਹੈ ਪ੍ਰੋਜੈਕਟ ਕੋਸਟ ਕਿੰਨੀ ਹੈ। ਇਹਦੇ ਵਿੱਚ ਜਿਹੜੇ ਕਰ ਅਸੀਂ ਮੱਛੀ ਪਾਲਣ ਸਿੰਪਲ ਤਾਜ਼ੇ ਪਾਣੀ ਦੀ ਮੱਛੀਆਂ ਵੱਲ ਉੱਧਰ ਜਾਂਦੇ ਹਾਂ ਤਾਂ ਇਹਦੇ ਵਿੱਚ ਜਿਹੜਾ ਹੈ ਪ੍ਰੋਜੈਕਟ ਹੈ 2.5 acres ਦਾ, ਠੀਕ ਹੈ, 2.5 acres ਯਾਨੀ ਕਿ 1 hectare। ਇਹ ਸਰਕਾਰ ਵੱਲੋਂ ਸਿਫਾਰਿਸ਼ ਕੀਤਾ ਯੂਨਿਟ ਹੈ ਕਿ ਅਗਰ ਅਸੀਂ 2.5 acres ਤੋਂ ਕੰਮ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਜਿਹੜਾ ਹੈ ਲਾਭ ਹੋਣਾ ਸ਼ੁਰੂ ਹੁੰਦਾ, ਪਰ ਫਿਰ ਵੀ ਤੁਸੀਂ 2.5 acres ਦੀ ਬਜਾਏ 1 acre ਤੋਂ ਵੀ ਜਿਹੜੀ ਹੈ ਉਹ ਕੰਮ ਸ਼ੁਰੂ ਕਰ ਸਕਦੇ ਹੋ। ਤਾਂ 2.5 acres ਦੇ ਹਿਸਾਬ ਦੇ ਨਾਲ 11 lakh ਦਾ ਜਿਹੜਾ ਪ੍ਰੋਜੈਕਟ ਹੈ ਮੱਛੀ ਪਾਲਣ ਦਾ, ਤਾਂ 11 lakh ਦਾ ਤੁਹਾਡਾ ਮੰਨ ਕੇ ਮਤਲਬ ਚੱਲਿਆ ਜਾਂਦਾ ਸਰਕਾਰ ਵੱਲੋਂ ਕਿ ਤੁਹਾਡਾ 11 lakh ਦਾ ਖਰਚਾ ਆਉਂਦਾ ਜੇਕਰ ਤੁਸੀਂ 2.5 acres ਦੇ ਉੱਪਰ ਕੰਮ ਕਰਦੇ ਹੋ। ਔਰ ਉਹਦੇ ਉੱਪਰ ਜਿਹੜਾ ਹੈ ਜਨਰਲ ਕੈਟੇਗਰੀ ਦੇ ਨਾਲ ਜਿੰਨੇ ਵੀ